ਅਸਲਾਮ ਵਾਲੇਕਮ ਨਾਜ਼ਰੀਨ ਜਨਾਬ ਮੈਂ ਤੁਹਾਡਾ ਆਪਣਾ ਮਹਿਰ ਮੋਮੈਂਟ ਸਿਟੀ ਸਿਆਲਕੋਟ ਅੱਜ ਦੇ ਆਵ ਸਪੈਸ਼ਲ ਵੀਡੀਓ ਜਿਹੜੀ ਹੈ ਮੇਰੇ ਬਜਵਾਦ ਦੇ ਲੋਕਾਂ ਵਾਸਤੇ ਮੇਰੇ ਬਜਵਾਦ ਦੇ ਬਜ਼ੁਰਗਾਂ ਵਾਸਤੇ ਮੇਰੇ ਬਜਵਾਦ ਦੇ ਭੈਣ ਭਾਈ ਜਨਾਬ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਮੈਂ ਇਸ ਟਾਈਮ ਜਨਾਬ ਗੁੰਦਲ ਵਾਲੇ ਪਤਨ ਤੇ ਖੜਾ ਹਾਂ ਤੇ ਤੁਹਾਨੂੰ ਪਤਾ ਪਤਨ ਤੋਂ ਜਨਾਬ ਅਸੀਂ ਕਸ਼ਤੀ ਤੇ ਬਹਿ ਕੇ ਜਨਾਬ ਪਾਰ ਕਰਨੇ ਆ ਤੇ ਕਸ਼ਤੀ ਤੇ ਬਹਿ ਕੇ ਹੀ ਜਨਾਬ ਪਾਰ ਕਰਕੇ ਤੇ ਇਲਾਕੇ ਬਜਵਾਦ ਦੇ ਅੰਦਰ ਦਾਖਲ ਹੁੰਨੇ ਆ ਜਿਹੜੇ ਕਿ ਅੱਥੂ ਸਾਨੂੰ ਸ਼ਾਰਟਕਟ ਪੈਂਦਾ ਵੈਸੇ ਅਗਰ ਉੱਚੋ ਸਿਆਦਪੁਰ ਵਾਲੀ ਜਗ੍ਹਾ ਤੋਂ ਜਾਇਏ ਤੇ ਉਹ ਮਲਾ ਪੈ ਜਾਂਦਾ ਵੇ ਜਿਹੜੇ ਚਨਾਬ ਦੇ ਕਿਨਾਰੇ ਕੁਝ ਪਿੰਡ ਨੇ ਜਿਵੇਂ 70 ਪੁਰਾ ਹੋ ਗਿਆ ਗੰਗੋਵਾਲ ਹੋ ਗਿਆ ਔਰ ਪਪੀਨੀ ਹੋ ਗਿਆ ਔਰ ਬਹੁਤ ਸਾਰੇ ਪਿੰਡ ਨੇ ਤੇ ਜਿਨ੍ਹਾਂ ਦਾ ਮੈਨੂੰ ਕੁਝ ਨਾਵਾਂ ਦਾ ਨਹੀਂ ਵੀ ਪਤਾ ਹੈ ਤੇ ਇਹ ਜਿਹੜੀ ਲਿਫਟ ਲੱਗੀ ਏ ਐ ਸਪੈਸ਼ਲੀ ਜਨਾਬ ਇੱਕ ਤੋਹਫਾ ਹੈ ਅਹਲੇ ਇਲਾਕਾ ਬਜਵਾਤ ਵਾਸਤੇ ਫਿਲਹਾਲ ਤੇ ਇਹ ਲਿਫਟ ਬੰਦ ਏ ਕੋਈ ਪ੍ਰੋਬਲਮ ਚੱਲਦੀ ਪਈ ਹੈ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਮੈਟਲ ਚੱਲਦਾ ਪਿਆ ਕੋਈ ਮੈਨੂੰ ਨਹੀਂ ਇਸ ਚੀਜ਼ ਦਾ ਇਲਮ ਲੇਕਿਨ ਕਹਿੰਦੇ ਨੇ ਵੇ ਕਿ ਕੱਲ ਪਰਸੋਂ ਤੱਕ ਆ ਚਾਲੂ ਹੋ ਜਾਏਗੀ ਅਰੇ ਵੇ ਤੁਸੀਂ ਆਪਣਾ ਸਮਾਨ ਰੱਖ ਕੇ ਲੈ ਕੇ ਜਾ ਸਕਦੇ ਹੋ 3 ਰੁਪਏ ਜਨਾਬ ਆਂਦਾ ਕਰਾਇਆ ਤੇ 3 ਰੁਪਏ ਜਾਂਦਾ ਕਰਾਇਆ ਔਰ ਐਨੇ ਜਨਾਬ ਮਸ਼ੀਨਰੀ ਦੇ ਨਾਲ ਚੱਲਣਾ ਹੁੰਦਾ ਵੇ ਤੇ ਜਿਹਦੀ ਵਜ੍ਹਾ ਕਰਕੇ ਕਰਾਇਆ ਇਹਨਾਂ ਨੇ ਵੈਸੇ ਮناسب ਜੇ ਰੱਖਿਆ ਜਾਵੇ ਤੇ ਇਹ ਬੜੀ ਵੱਡੀ ਜਨਾਬ ਇੱਕ ਸਮਝ ਲਓ ਕਿ ਅਹਲੇ ਇਲਾਕਾ ਬਜਵਾਦ ਵਾਸਤੇ ਜਿਹੜੀ ਹੈ ਨਾ ਇੱਕ ਇਹ ਤੋਹਫਾ ਬੜਾ ਵੱਡਾ ਸਮਝ ਗੋ ਇੱਥੋਂ ਤੁਸੀਂ ਮੋਟਰਸਾਈਕਲ ਜਿਹੜੀ ਹੈ ਉਹ ਸਿੱਧੀ ਉੱਤੇ ਆ ਜਾਣੀ ਮੈਂ ਛੱਤ ਤੇ ਖੜਾ ਵਾਂ ਔਰ ਉਹਨਾਂ ਨੇ ਇਸ ਤਰ੍ਹਾਂ ਦਾ ਸੀਨ ਬਣਾਇਆ ਦਾ ਮਾਸ਼ਾਅੱਲਾ ਔਰ ਮੁਸਾਫਰ ਜਿਹੜੇ ਖਲੋਂਦੇ ਨੇ ਆਪਣਾ ਉਹਨਾਂ ਵਾਸਤੇ علیحدਾ ਬੈਣ ਵਾਸਤੇ ਕੁਰਸੀਆਂ ਰੱਖੀਆਂ ਨੇ ਚਾਹੇ ਕਿ ਆਪਣੀ ਜਿੰਨੇ ਜੀਵ ਵਿੱਚ ਪੂਰੇ ਆਣ ਔਰ ਉਸ ਹਿਸਾਬ ਦੇ ਨਾਲ ਕੁਝ ਲੋਕ ਵੇਟ ਕਰਦੇ ਨੇ ਫਿਰ ਜਨਾਬੇ ਵਾਲਾ ਉਹ ਵੀ ਨਾਲ ਉਧਰ ਜਾਂਦੇ ਨੇ ਦੂਆ ਪਾਸੇ ਇੱਕੋ ਜਿਹਾ ਮੋਹਰ ਬਣਾਇਆ ਗਿਆ ਜੋ ਛੱਤ ਇੱਥੇ ਬਣਾਇਆ ਗਿਆ ਹੈ ওই ਛੱਤੋਂ ਪਾਰ ਬਿਲਕੁਲ ਸਾਹਮਣੇ ਉਸ ਤਰ੍ਹਾਂ ਬਣਾਇਆ ਗਿਆ ਅਕਸਰ ਤੁਸੀਂ ਜਦੋਂ ਜਾਂਦੇ ਹੋ ਨਰانکਗਾਂ ਨਾਲ ਜਾਂ ਪਹਾੜੀ ਲਾ ਕੇ ਕਿਸੇ ਵੀ ਪਾਸੇ ਜਾਂਦੇ ਤਾਂ ਉੱਥੇ ਇਹੋ ਜਿਹੀਆਂ ਲਿਫਟਾਂ ਲੱਗੀਆਂ ਹੁੰਦੀਆਂ ਨੇ ਬਾਲਾ ਕੋੜਲ ਜਾਓ ਉੱਥੇ ਇਹੋ ਜਿਹੀਆਂ ਲਿਫਟਾਂ ਲੱਗੀਆਂ ਹੁੰਦੀਆਂ ਨੇ ਬਾਕੀ ਇਹ ਬਜਵਾਦ ਵਾਸਤੇ ਬੜੀ ਵੱਡੀ ਹੋਸ਼ਾ ਭਰੀ ਏ ਤੇ ਵੀਡੀਓ ਮੇਰੇ ਬੜੇ ਜੇ ਦੋਸਤਾਂ ਨੇ ਸੋਸ਼ਲ ਵਰਕਰਾਂ ਨੇ ਪਾਈਆਂ ਦੀਆਂ ਹਨ ਮੇਰਾ ਚੱਕਰ ਨਹੀਂ ਹੀ ਪੈ ਲੱਗਦਾ ਤੇ ਮੈਂ ਕਿਹਾ ਚਲੋ ਅਸੀਂ ਵੀ ਚੱਕਰ ਲਗਾਵਾਂਗੇ ਤੇ لازمی ਜਨਾਬ ਵੀਡੀਓ ਪਾਵਾਂਗੇ ਜਿਹੜਾ ਜਿਹੜਾ ਵੀਡੀਓ ਦੇਖ ਰਿਹਾ ਮੇਰਾ ਭਰਾ ਹਾਸ ਸੋਰ ਤੇ ਬਜਵਾਤ ਵਾਲੇ ਹਾਸ ਸੋਰ ਤੇ ਬਜਵਾਤ ਵਾਲੇ ਗੁੰਦਲ ਵਾਲੇ ਜਨਾਬ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੇ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਜੇ ਆਈਡੀ ਨੂੰ ਜ਼ਰੂਰ ਫੋਲੋ ਕਰਿਆ ਜੇ ਜਿਹੜੇ ਹਾਸ ਸੋਰ ਤੇ ਮੇਰੇ ਪਰਦੇਸੀ ਭਰਾ ਨੇ ਕੁਝ ਮੇਰੇ ਪਰਦੇਸ ਦੇ ਵਿੱਚ ਜਨਾਬ ਰਹਿਣ ਵਾਲੇ ਮੇਰੇ ਬਡੇ ਭਰਾ ਜਨਾ ਮੈਨੂੰ ਵੇਖਦੇ ਹੁੰਦੇ ਨੇ ਮਾਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੁੰਦੀ ਏ ਤੇ ਮੇਰਾ ਕੈਮਰਾਮੈਨ ਆਏ ਜਰਾ ਉਹ ਥੋੜਾ ਜਿਹਾ ਵਿਊ ਵਹਾਏ ਜਰਾ ਮਾਹੌਲ ਜਿਹੜਾ ਇੱਥੇ ਦਾ ਕੀ ਸੀਨ ਹੈ ਔਰ ਇਹ ਮਹੋਲਾ ਆ ਚੈੱਕ ਕਰਾਓ ਜਰਾ ਨੇੜੇ ਆਓ ਜੀ ਲੋ ਜੀ ਇਹ ਦੇਖੋ ਇੱਥੇ ਜਿਹੜਾ ਜਨਾਬ ਵੇਟ ਇੰਤਜ਼ਾਰਗਾ ਜਨਾਬ ਇੱਥੇ ਇੱਥੇ ਜਨਾਬ ਬੈ ਕੇ ਵੇਟ ਕਰਨਾ ਬਾਅਦ ਉਹ ਐਂਗਲ ਜਿਹੜਾ ਪਿਆ ਦਵੇ ਇਹ ਲਾ ਕੇ ਉਹਨਾਂ ਨੇ ਮੋਟਰਸਾਈਕਲ ਚਾੜ ਨਹੀਂ ਉਹਦੇ ਉੱਤੇ ਉਸ ਬਾਅਦ ਉਹ ਵੇਖੋ ਸਾਹਮਣੇ ਬਿਲਕੁਲ ਅੱਗੇ ਵੀ ਐਸੇ ਤਰ੍ਹਾਂ ਦਾ ਬਣਿਆ ਦਾ ਲੱਭਦਾ ਪਿਆ ਸਾਹਮਣੇ ਠੀਕ ਹੈ ਆ ਇਹ ਫਿਲਹਾਲ ਲੋਕੀ ਜਿਹੜੇ ਨੇ ਉਹ ਕਸ਼ਤੀ ਉਹ ਖਲੋਤੀ ਹੈ ਸਾਹਮਣੇ ਉਹ ਵੇਖੋ ਲੋਕ ਜਿਹੜੇ ਨੇ ਪਾਰ ਕਰਕੇ ਜਿਹੜੇ ਪਰਾਂ ਗਏ ਨੇ ਇਹ ਲਬ ਦੇ ਵੇਜੇ ਜਾਂਦੇ ਉਹ ਕਸ਼ਤੀ ਹੁਣ ਫੇਰ ਉਹ ਵੇਖੋ ਮੋਟਰਸਾਈਕਲਾਂ ਤੇ ਲੱਗੀ ਹੈ ਉਹ ਵੇਖਿਓ ਨਜ਼ਰ ਆਂਦੀ ਤੁਹਾਨੂੰ ਉਹ ਲਬ ਦੇ ਵੇਜੇ ਉਹ ਮੋਟਰਸਾਈਕਲਾਂ ਥੱਲੇ ਲਾਦਦੀਆਂ ਪੈ ਨੇ ਉਹ ਹੁਣ ਕਸ਼ਤੀ ਨੇ ਜਨਾਬ ਪਾਰ ਕਰਾਣਾ ਤੇ ਫਿਲਹਾਲ ਲਿਫਟ ਜਿਹੜੀ ਉਹ ਬੰਦ ਹੈ ਕਹਿੰਦੇ ਨੇ ਆਪਣਾ ਕੱਲ ਜਾਂ ਪਰਸੋ ਜਿਹੜੀ ਹੈ ਨਾ ਲਿਫਟ ਚਾਲੂ ਹੋ ਜਾਏਗੀ ਤੇ ਬਹੁਤ ਮਸਾਂ ਕੇ ਅੱਛਾ ਕੰਮ ਕੀਤਾ ਗਿਆ ਵੇ ਵਾਲਾ ਮਾਸ਼ਾਅੱਲਾ ਤੇ ਮੈਨੂੰ ਤੇ ਬਹੁਤ ਪਸੰਦ ਆਇਆ ਵੇ ਤੇ ਇਧਰ ਵੇਖੋ ਐ ਸੀੜੀਆਂ ਨਹੀਂ ਬਣਾਈਆਂ ਗਈਆਂ ਸਿੱਧੀ ਜਨਾਬ ਤੁਸੀਂ ਉੱਥੋਂ ਸਿੱਧਾ ਉੱਤੇ ਆ ਛੱਤ ਤੇ ਮੋਟਰਸਾਈਕਲ ਲੈ ਕੇ ਆ ਜਾਣਾ ਬਾਕਾਇਦਾ ਤੁਹਾਨੂੰ ਹਲੇ ਦੋਲੇ ਦਾ ਵਿਜ਼ਿਟ ਕਰਾਈਏ ਵਿਊ ਕਰਾਈਏ ਥੋੜਾ ਜਿਹਾ ਐਮਾ ਹੋਣ ਉਤਲੇ ਛੱਤ ਤੇ ਜਾ ਰਿਹਾ ਵਾ ਆਏ ਹਾਏ ਹਾਏ ਮਾਸ਼ਾਅੱਲਾ ਨਾਲੇ ਸੋਹਣਾ ਨਜ਼ਾਰਾ ਬੱਲੇ 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 माशाल्लाह माशाल्लाह देखो किडा खूबसूरत नज़ारा है माशाल्लाह वाह जी वा। तो वीडियो अगर अच्छी लगे तो लाजमी शेयर कर लाजमी तो चैनल सब्सक्राइब कर लिया जे अल्लाह पाक जनाब सब खुश रखे आबाद रखे सदा हसते रहोसते रहो जनाब